ਤੇਰੀ ਪੱਗ ਦੀ ਝਾਲਰ ਬਣ ਜਾਵਾਂ ਮੇਰੇ ਪੁਲਸੀਆ ਯਾਰਾ, ਤੇਰੀ ਪੱਗ ਦੀ ਝਾਲਰ ਬਣ ਜਾਵਾਂ ਮੇਰੇ ਪੁਲਸੀਆ ਯਾਰਾ। ਲਓ ਜੀ, ਬਿਕਰ ਬਾਦਸ਼ਾਹ ਸੈਕਰਾਮੈਂਟੋ ਦੇ ਡਾਊਨ ਟਾਊਨ ਦੇ ਵਿੱਚ ਪਹੁੰਚ ਗਿਆ। ਡਾਊਨ ਟਾਊਨ ਕਹਿਣ ਦਾ ਨਜ਼ਾਰਾ ਹੀ ਵੱਖਰਾ, ਜਿਵੇਂ ਫੁੱਫੜ ਕਹਿਣ ਦਾ ਨਜ਼ਾਰਾ ਵੱਖਰਾ ਨਾ, ਮੂੰਹ ਭਰ ਜਾਂਦਾ। ਇੱਦਾਂ ਹੀ ਡਾਊਨ ਟਾਊਨ ਜਦੋਂ ਕਹਿੰਦੇ ਹਾਂ ਨਾ ਤਾਂ ਮਜ਼ਾ ਆ ਜਾਂਦਾ ਹੈ। ਫਿਰ ਜਨਾਬ ਨੂੰ ਦੱਸ ਦਈਏ ਪਹੁੰਚ ਗਏ ਜੀ ਆਪਾਂ ਠੀਕ ਠਾਕ। ਹੈਲੋ ਜਨਾਬ ਜੈਹਨ ਜੀ, ਦਿਸ ਇਜ਼ ਦਾ ਬਿਕਰ ਬਾਦਸ਼ਾਹ ਇਨ ਦਾ ਇੰਗਲੈਂਡ ਆਫ UK ਐਂਡ ਦਾ USA। ਹਾਂਜੀ, ਮੈਂ ਜਨਾਬ, ਦਿਸ ਇਜ਼ ਦਾ ਸੈਕਰਾਮੈਂਟੋ ਕੈਪੀਟਲ ਆਫ ਦਾ ਕੈਲੀਫੋਰਨੀਆ। ਯੈਸ, ਹਾਂਜੀ, ਉਹ ਤਾਂ ਤੁਹਾਨੂੰ ਪਤਾ, ਇੰਨੀ ਕੁ ਤਾਂ ਤੁਹਾਨੂੰ ਨੌਲੇਜ ਹੈਗੀ ਆ ਵੀ ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ ਹੈ। ਪਰ ਮੈਂ ਹੁਣ ਸੱਚੀ ਮੁੱਚੀ ਕੈਪੀਟਲ ਜਿਹੜੀ ਉਹਦੇ ਮੂਹਰੇ ਖੜਾ। ਹਾਂਜੀ, ਜਿਹੜੀ ਰਾਜਧਾਨੀ ਪਿੱਛੇ ਕੈਪੀਟਲ, ਮਿਊਜ਼ੀਅਮ ਆਫ ਕੈਪੀਟਲ ਜਿਹੜਾ ਹੈਗਾ ਜੀ ਕੈਲੀਫੋਰਨੀਆ ਦਾ, ਸੈਕਰਾਮੈਂਟੋ ਦੇ ਵਿੱਚ, ਮੈਂ ਉੱਥੇ ਪਹੁੰਚਿਆ ਹੋਇਆ ਜਨਾਬ। ਬੜਾ ਵਧੀਆ ਮਾਹੌਲ ਹੈ, ਆਰਾਮ ਨਾਲ ਜਿੱਥੇ ਮਰਜ਼ੀ ਖੜੋ, ਜਿੱਥੇ ਮਰਜ਼ੀ ਫੋਟੋ ਖਿਚਾਓ। ਪੰਜਾਬ ਦੇ ਵਿੱਚ ਮਾੜਾ ਜਿਹਾ VIP ਏਰੀਆ ਹੁੰਦਾ, ਉੱਥੇ 20 ਕੁ ਸਿਪਾਹੀ ਖੜ੍ਹੇ ਹੁੰਦੇ ਆ ਜਿਹੜੇ ਨਾ ਫੋਟੋ ਖਿੱਚਣ ਦਿੰਦੇ ਆ, ਨਾ ਬਹਿਣ ਦਿੰਦੇ ਆ, ਨਾ ਖੜਨ ਦਿੰਦੇ ਆ ਜੀ। ਉਹ ਜਨਾਬ, ਇਹੀ ਤਾਂ ਬਾਹਰਲੇ ਮੁਲਕਾਂ ਦਾ ਫਾਇਦਾ ਨਜ਼ਾਰਾ। ਹਾਂਜੀ, ਦਿਸ ਇਜ਼ ਦਾ ਕੈਪੀਟਲ ਆਫ ਦਾ ਸੈਕਰਾਮੈਂਟੋ। ਹਾਂਜੀ, ਰਾਜਧਾਨੀ। ਹੁਕਮ ਕਰੋ ਜਨਾਬ, ਹੁਕਮ ਕਰੋ। ਆ ਡਾਊਨ ਟਾਊਨ ਦੇ ਵਿੱਚ ਹੀ ਹੈ ਜੀ ਇਹ। ਡਾਊਨ ਟਾਊਨ 'ਚ ਕੌਣ? ਉਹ ਨੇਕੀ ਭੰਡਾਲ ਨਾਂ ਦਾ ਜਨਾਬ ਸੁਣਿਆ ਹੋਇਆ। ਅੱਛਾ, ਬੰਬੇ ਬਾਰ ਐਂਡ ਗ੍ਰਿਲ ਵਾਲਾ। ਹਾਂ ਜਨਾਬ, ਬੰਦਾ ਬੜਾ ਵਧੀਆ ਮੈਨੂੰ ਮਿਲਦਾ ਹੁੰਦਾ ਜੀ ਕਈ ਵਾਰੀ, ਕਦੇ ਗੁਰੂ ਘਰ ਦੇ ਵਿੱਚ ਜਾਂ ਕਦੇ ਮਿਲਦਾ ਹੁੰਦਾ, ਬੰਦਾ ਚੰਗਾ ਲੱਗਦਾ ਮੈਨੂੰ। ਰੈਸਟੋਰੈਂਟ ਉਹਦਾ ਇੱਥੇ ਹੈ ਜੀ ਨੇੜੇ ਹੀ। ਹਾਂਜੀ, ਮੈਂ ਹੁਣ ਹੈਗਾ ਜੀ 10 ਨੰਬਰ ਸਟਰੀਟ 'ਤੇ। ਇਹ ਜਿਹੜੀ ਕੈਪੀਟਲ ਆ, ਇਹ ਬਿਲਡਿੰਗ ਆ 10 ਨੰਬਰ ਸਟਰੀਟ 'ਤੇ ਆ, ਅਤੇ ਉਹ ਬੰਬੇ ਬਾਰ ਐਂਡ ਗ੍ਰਿਲ ਜਿਹੜਾ ਜੀ ਉਹ 21 'ਤੇ ਆ। ਕੁਛ ਵੀ ਨਹੀਂ ਜਨਾਬ, 11 ਸਟਰੀਟਾਂ ਦਾ ਫਰਕ ਆ ਜੀ, ਇੱਕ ਪਲਾਂਘ ਪੱਟੀ, ਦੋ ਪਲਾਂਘਾਂ ਪੱਟੀਆਂ, ਸਿੱਧਾ ਮੈਂ ਉੱਥੇ ਪਹੁੰਚ ਜਾਣਾ। ਕਰਨਾ ਕੀ ਉੱਥੇ? ਚਲੋ ਮੈਂ ਗੱਲ ਕਰਕੇ ਦੇਖ ਲੂੰ ਜੇ ਗੱਲ ਬਣ ਗਈ ਤਾਂ। ਬਾਰ ਤਾਂ ਹੈਗਾ ਜਨਾਬ, ਕਿਉਂ ਲਾਲਾਂ ਠੇਟੀ ਜਾਂਦੇ ਹੋ? ਬਾਰ ਉਹਦੇ ਹੈਗਾ ਹੈਗਾ, ਇਹ 'ਚ ਕਿਹੜੀ ਗੱਲ ਹੈ। ਅੱਛਾ, ਪਿੱਛੇ ਜਨਾਬ, ਇਹ ਥੋੜ੍ਹਾ ਜਿਹਾ ਮੈਂ ਸੋਚਿਆ ਵੀ ਇਹ ਨਾ ਰਿਪੇਅਰ ਕਰਾਉਣਾ ਹੋ ਗਿਆ ਸੀਗਾ, ਇਹ ਵੀ ਆਪਣੇ ਕਿਸਮ ਦਾ ਵਾਈਟ ਹੈਗਾ, ਅਤੇ ਫਿਰ ਮੈਂ ਤਾਂ ਇਹਦੀ ਰਿਪੇਅਰ ਕਰਾ ਰਿਹਾ ਸੀਗਾ ਜੀ, ਹਾਂ ਆਪਣੇ ਖਰਚੇ 'ਤੇ। ਠੀਕ ਹੈ ਜਨਾਬ, ਠੀਕ ਹੈ ਜਨਾਬ, ਮੈਂ ਪਹੁੰਚ ਕੇ ਰਿਪੋਰਟ ਕਰਦਾ ਜੀ। ਬੰਬੇ ਬਾਰ ਐਂਡ ਗ੍ਰਿਲ, ਸਟਰੀਟ ਨੰਬਰ 21, ਡਾਊਨ ਟਾਊਨ ਸੈਕਰਾਮੈਂਟੋ, ਨੇਕੀ ਭੰਡਾਲ ਸਾਹਿਬ। ਜਨਾਬ ਮੈਂ ਲੁੱਕ ਕੇ ਜਾਊਂਗਾ ਹੌਲੀ ਦਿਨੀ, ਕਿਤੇ ਮੈਨੂੰ ਦੇਖ ਕੇ ਪਹਿਲਾਂ ਊਰਾ ਪਰਾ ਨਾ ਹੋ ਜਾਏ। ਵੈਸੇ ਬੰਦਾ ਉਹ ਇੱਦਾਂ ਦਾ ਹੈ ਨਹੀਂ, ਬੰਦਾ ਚੰਗਾ ਹੈ। ਚਲੋ ਜੀ, ਓਕੇ, ਬਿਕਰ ਬਾਦਸ਼ਾਹ ਇਜ਼ ਔਨ ਡਿਊਟੀ ਗੋਇੰਗ ਟੂ ਦਾ ਬ੍ਰਿਲ, ਗੋਇੰਗ ਟੂ ਦਾ ਬੰਬੇ ਬਾਰ ਐਂਡ ਗ੍ਰਿਲ। ਓਕੇ ਬਾਈ। ਆਗੇ ਸੇ ਦਾਏ ਮੁੜੋ, ਦਾਏ ਸੇ ਆਗੇ ਸੇ ਬਾਏ ਮੁੜੋ, ਬਾਏ ਮੁੜ ਕੇ ਇੱਕ ਤਾਂ ਮੈਂ ਸਵਿਤਾ ਭਾਬੀ ਤੇਰੇ ਨਾਲ ਬਹੁਤ ਗੁੱਸੇ ਹਾਂ। ਮੇਰਾ ਬੱਸ ਚੱਲਦਾ ਹੁੰਦਾ ਨਾ, ਜੇ ਤੂੰ ਕਿਤੇ ਸਾਹਮਣੇ ਹੁੰਦੀ ਮੈਂ ਜਮ੍ਹਾਂ ਤੇਰੇ ਨਾਲ ਕੱਟੀ ਕਰ ਦੇਣੀ ਸੀ, ਪਤਾ ਨਹੀਂ ਕਈ ਵਾਰੀ ਕਿਹੜੇ ਪਾਸੇ ਵਾੜ ਦਿੰਦੀ ਜਾ ਕੇ। ਹੁਣ ਸਵਿਤਾ ਭਾਬੀ ਤਾਂ ਕਹਿੰਦੀ ਸੀ ਵੀ ਇੱਥੇ ਕੀ ਹੈ, ਕਿਤੇ ਬੰਬੇ ਗ੍ਰਿਲ, ਬਾਰ ਐਂਡ ਗ੍ਰਿਲ, ਕੁਛ ਨਹੀਂ ਹਾਲ 'ਤੇ ਰਹੇ ਵੈਸੇ। ਜੇ ਮੇਰੇ ਕੋਲ ਨੌਕਰੀ ਕਰਦੀ ਹੁੰਦੀ ਨਾ, ਉਹਨੂੰ ਕੱਢ ਦੇਣੀ ਸੀ ਮੈਂ ਹੁਣ। ਚਲ ਕੋਈ ਗੱਲ ਨਹੀਂ, ਮੈਂ ਆਪੇ ਲੱਭਦਾ। ਹੈਲੋ ਭਾਅ ਜੀ, ਇੱਕ ਮਿੰਟ, ਹੈਲੋ, ਗੱਲ ਸੁਣੋ, ਯੂ ਆਰ ਪੰਜਾਬੀ? ਹਾਂਜੀ ਭਾਅ ਜੀ। ਓ ਅੱਛਾ, ਥੈਂਕ ਯੂ। ਐਕਚੁਲੀ ਆਈ ਐਮ ਲੁਕਿੰਗ ਫਾਰ ਦਾ ਡੈਟਸ ਦਾ ਵੈਰੀ ਟੇਸਟੀ ਖਾਣਾ ਇਨ ਦਾ ਇੰਡੀਅਨ ਐਂਡ ਬੰਬੇ ਗ੍ਰਿਲ, ਬੰਬੇ ਐਂਡ ਬਾਰ ਐਂਡ ਗ੍ਰਿਲ। ਕਮਾਲ ਕਰਦੇ ਜਨਾਬ ਜੀ, ਆ ਲਾਗੇ ਤੁਹਾਡੇ ਹੈਗਾ ਜੀ ਐਡਾ ਵੱਡਾ ਰੈਸਟੋਰੈਂਟ ਬੰਬੇ ਬਾਰ। ਓਹੋ, ਉਹ ਲੈ, ਉਹ ਮੈਂ ਪੜ੍ਹਿਆ ਹੀ ਨਹੀਂ ਆ, ਦੇਖੋ ਤਾਂ ਵੀ ਲੱਗਿਆ ਹੋਇਆ ਬੋਰਡ। ਬੱਲੇ, ਥੈਂਕ ਯੂ ਯਾਰ, ਵੈਸੇ ਚਲੋ ਆਪ ਮੁਝੇ ਮਿਲ ਗਏ, ਅੱਛੀ ਬਾਤ ਹੋ ਗਈ। ਹਾਂਜੀ, ਕੀ ਨਾਮ ਦੱਸ ਦਿਓ? ਨਾਮ ਮੇਰਾ ਹਰਪ੍ਰੀਤ ਸਿੰਘ ਭਾਅ ਜੀ। ਅੱਛਾ ਹਰਪ੍ਰੀਤ, ਤੁਸੀਂ ਬੰਬੇ ਬਾਰ ਐਂਡ ਗ੍ਰਿਲ ਚੱਲੇ ਹੋ? ਹਾਂਜੀ ਹਾਂਜੀ, ਮੈਂ ਵੀ ਉੱਥੇ ਚੱਲਾਂ ਜੀ ਖਾਣ ਵਾਸਤੇ। ਬਾਰ ਚੱਲੇ ਹੋ, ਗ੍ਰਿਲ ਚੱਲੇ ਹੋ? ਇਹ ਇਕੱਠੇ ਹੀ ਆ ਜੀ, ਦੋਨੋਂ ਇਕੱਠੇ ਹੀ ਆ। ਹਾਂਜੀ, ਚਲੋ ਫਿਰ ਮਿਲਦੇ ਅੰਦਰ। ਹਾਂਜੀ, ਚਲੋ ਆਇਓ ਭਾਅ ਜੀ ਨੂੰ ਨੇਕੀ ਭਾਅ ਜੀ ਮਾੜਾ ਦੱਸ ਦਿਓ ਵੀ। ਹਾਂਜੀ, ਬਿਕਰ ਆਇਆ ਤੇ ਮਾੜਾ ਮੈਂ ਧਿਆਨ ਰੱਖਿਓ। ਹਾਂਜੀ, ਠੀਕ ਹੈ ਭਾਅ ਜੀ, ਠੀਕ ਹੈ ਜੀ, ਚਲੋ। ਹਾਂਜੀ, ਬੱਲੇ
ਬੱਲੇ ਬੱਲੇ ਬੱਲੇ ਵੀ ਇਹ ਹੈ ਬੰਬੇ ਬਾਰ ਐਂਡ ਗ੍ਰਿਲ ਇੰਡੀਅਨ ਕੁਜ਼ੀਨ। ਇਹ ਕੁਜ਼ੀਨ ਸਰਾਣਾ ਵੀ ਹੁੰਦਾ ਪਤਾ ਨਹੀਂ, ਉਹ ਕੁਛ ਨਹੀਂ ਹੁੰਦਾ ਸੱਚ, ਸਪੈਲਿੰਗ ਨੇੜੇ ਤੇੜੇ ਹੀ ਹੈ। ਚਲੋ ਕੋਈ ਗੱਲ ਨਹੀਂ ਜੀ, ਆਪਾਂ ਦੇਖਦੇ ਅੰਦਰ ਕੀ ਮਾਹੌਲ ਹੈ। ਹੈਲੋ, ਕਿੱਦਾਂ ਹਾਲ ਆ ਭਾਅ ਜੀ? ਜੇ ਮੂਛੇ ਹੋ ਤੋ ਆਪ ਜੈਸੀ, ਨਹੀਂ ਤਾਂ ਹੋਣਾ ਯਾਰ, ਮੈਨੂੰ ਵੀ ਦੱਸ ਦੇ ਮੁੱਛਾਂ ਕਿੱਦਾਂ ਕੀਤੀਆਂ ਇਹੋ ਜਿਹੀਆਂ। ਬੱਲੇ ਬੱਲੇ ਬੱਲੇ, ਰਾਜਸਥਾਨੀ ਲੱਗਦਾ ਪਹਿਰਾਵਾ ਪੂਰਾ। ਇੱਧਰ ਵਾਲੇ ਭਾਈ ਸਾਹਿਬ ਦਾ ਕੀ ਹਾਲ ਹੈ? ਗੁੱਡ ਮਾਰਨਿੰਗ। ਉਹ ਬਾਬਿਆ ਡੰਡਾ ਹੀ ਬਟਾਲਾ ਮੇਰੇ ਨਾ ਹੈ, ਨਹੀਂ ਘਸੋਨੀ ਮਾਰਦਾ ਹੁੰਦਾ ਇਹੋ ਜਿਹਾ, ਬਚ ਕੇ ਠੀਕ ਹੈ। ਲਓ ਜੀ ਅੰਦਰ ਦੇਖੀਏ ਕੀ ਮਾਹੌਲ ਹੈ। ਬੱਲੇ ਬੱਲੇ ਵੀ ਜਮਾਂ ਗੋਰਿਆਂ ਵਾਲਾ ਕੰਮ ਆ, ਮੈਂ ਚੱਲੀ ਜਾਂਦਾ ਉੱਧਰ ਉਹ ਜਿਹੜਾ ਬੋਲ ਜੀ ਸੜਦੇ ਹੁੰਦੇ। ਆਏ ਹਾਏ ਹਾਏ, ਅਸਲੀ ਨਜ਼ਾਰਾ ਤਾਂ ਇੱਧਰ ਹੈ ਜਦੋਂ ਜਨਾਬ ਨੇ ਦੇਖਣਾ। ਇੰਨੀ ਦਾਰੂ ਤਕੜੇ ਠੇਕੇ, ਇੰਨੀ ਦਾਰੂ ਪਈ ਹੈ। ਚਲੋ ਕੋਈ ਗੱਲ ਨਹੀਂ, ਦੇਖਦੇ ਇੱਧਰ ਨੂੰ। ਇਹ ਵੀ ਰਾਜਸਥਾਨੀ ਪਹਿਰਾਵਾ ਲੱਗਦਾ ਬੀਬੀ ਦਾ। ਗੁਬਾਰੇ ਬੜੇ ਸੋਹਣੇ ਸਜਾਏ ਆ। ਚਲੋ ਆਪਾਂ ਗੱਲਬਾਤ ਕਰੀਏ ਕੋਈ ਇੱਧਰ। ਹੈਲੋ, ਬੱਲੇ ਬੱਲੇ ਬੱਲੇ, ਤੁਸੀਂ ਪਹਿਲੇ ਸਤਿ ਸ਼੍ਰੀ ਅਕਾਲ ਕਿਹਾ ਸੀ, ਮੈਂ ਨਾ ਅੰਗਰੇਜ਼ੀ ਇਕੱਠੀ ਕਰ ਰਿਹਾ ਸੀ ਵੀ ਹਾਊ ਆਰ ਯੂ ਕਿੱਦਾਂ ਕਹਿਣਾ। ਤੇ ਮੇਰੀ ਵੀ ਉਨੀ ਕੀ ਆ, ਫੇਰ ਠੀਕ ਆ। ਤੇ ਫੇਰ ਠੀਕ, ਨਾਮ ਕੀ ਤੁਹਾਡਾ? ਮੇਰਾ ਅਮਨ। ਅਮਨ? ਹਾਂਜੀ, ਅਮਨ ਸ਼ਾਂਤੀ। ਅਮਨ ਸ਼ਾਂਤੀ, ਬਿਲਕੁਲ। ਸ਼ਾਂਤੀ ਕਿੱਥੇ ਆ? ਸ਼ਾਂਤੀ ਭੱਜ ਗਈ। ਭੱਜ ਗਈ? ਹਾਂਜੀ। ਓਹੋ, ਇਹ ਤੁਸੀਂ ਮਤਲਬ ਬੌਂਸਰ ਬੌਂਸਰ ਦਾ ਵੀ ਇਧਰ ਆਏ ਮਾੜਾ ਜਿਹਾ? ਹਾਂਜੀ। ਉਹ ਤੇਰਾ ਭਲਾ ਹੋ ਗਿਆ, ਡੋਲੇ ਛੋਲੇ ਚੰਗੇ ਬਣਾਏ ਆ। ਬਸ ਇੱਥੇ ਖਾਈਦਾ ਜੀ, ਡੇਲੀ ਬੇਸ ਤੇ। ਡੇਲੀ ਬੇਸ ਤੇ ਬੰਬੇ ਬਾਰ ਐਂਡ ਗ੍ਰਿਲ? ਹਾਂਜੀ ਸਰ, ਬਸ ਇੱਦਾਂ ਹੀ ਸਿਹਤ ਬਣ ਜਾਂਦੀ ਇੱਥੇ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਵੀ, ਬੜਾ ਵਧੀਆ ਮਾਹੌਲ ਆ ਇੱਥੇ। ਹਾਂਜੀ, ਐਨ ਮੈਂ ਕਿਹਾ ਨਜ਼ਾਰਾ ਆ ਗਿਆ, ਜਮਾਂ ਹੀ ਐਨ ਰੋਮਾਂਟਿਕ ਜਿਹਾ ਬਣਿਆ ਪਿਆ। ਬਿਲਕੁਲ ਜੀ, ਬਿਲਕੁਲ। ਤੇ ਬੜਾ ਵਧੀਆ ਹੈਗਾ, ਤੇ ਆਪਣੇ ਜਿਹੜੇ ਨੇਕੀ ਭਾਜੀ ਆ। ਹਾਂਜੀ, ਤੇ ਉਹ ਹੈਗੇ ਇੱਥੇ ਕਿ ਪੁਲਿਸ ਨੂੰ ਦੇਖ ਕੇ ਬੜਾ ਬਣਾ ਹੋ ਗਏ? ਉਹਨਾਂ ਦਾ ਪਤਾ ਨਹੀਂ, ਮੈਂ ਇੱਕ ਮਿੰਟ ਦੇਖ ਲੈਣਾ। ਮੇਰੇ ਖਿਆਲ ਪਿੱਛੇ ਉਧਰ ਹੀ ਹੈਗੇ ਨੇ ਜੀ, ਉਹ ਲੈ ਕੇ ਭਾਜੀ। ਉਹ ਕੋਈ ਨਹੀਂ, ਕੋਈ ਨਹੀਂ, ਉਹ ਬਹੁਤ ਚੰਗੇ ਬੰਦੇ ਆ। ਮੈਂ ਮੈਨੂੰ ਮਿਲਦੇ ਹੁੰਦੇ ਕਈ ਵਾਰੀ, ਗੁਰੂ ਘਰ ਬਹੁਤ ਵਧੀਆ। ਹਾਂਜੀ ਹਾਂਜੀ, ਬਹੁਤ ਨੇਕ ਇਨਸਾਨ। ਮੈਂ ਹੁਣ ਅੱਜ ਇੱਥੇ ਆਇਆ ਸੀਗਾ, ਤੇ ਮੈਂ ਕੀ ਉਹਦਾ ਨਾਂ, ਇੱਥੇ ਰਾਜਧਾਨੀ ਜਿਹੜੀ ਆਪਣੀ। ਹਾਂਜੀ ਹਾਂਜੀ, ਉੱਥੇ ਮੇਰੀ ਮੀਟਿੰਗ ਲਾ ਸੀ ਦੋ ਤਿੰਨ। ਠੀਕ ਹੈ ਜੀ। ਤੇ ਟਰੰਪ ਸਾਹਿਬ ਨੇ ਆਉਣਾ ਸੀ, ਤੇ ਉਹ ਫਿਰ ਉਹਨਾਂ ਨੂੰ ਕੰਮ ਪੈ ਗਿਆ, ਉਹ ਆਏ। ਸਹੀ, ਮੋਦੀ ਸਾਹਿਬ ਆ ਗਏ, ਤੂੰ ਉੱਧਰ ਚਲ ਗਏ। ਠੀਕ ਹੈ ਜੀ, ਠੀਕ ਹੈ। ਤੇ ਮੈਂ ਫਿਰ ਇੱਧਰ ਆ ਗਿਆ। ਠੀਕ ਹੈ ਜੀ। ਤੇ ਮੈਂ ਕਿਹਾ ਚਲੋ ਦਰਸ਼ਨ ਮੇਲੇ ਕਰ ਲਈਏ। ਤੇ ਇਹ ਆਪਣਾ ਬੰਬੇ ਬਾਰ ਐਂਡ ਗ੍ਰਿਲ ਬਿਲਕੁਲ ਐਨ ਜਮਾਂ ਡਾਊਨ ਟਾਊਨ 'ਚ ਪੈਂਦਾ ਨਾ? ਬਿਲਕੁਲ ਜੀ, ਮਿਡ ਟਾਊਨ ਪੈ ਜਾਂਦਾ ਜੀ, ਬਿਲਕੁਲ। ਹਾਂਜੀ ਬਿਲਕੁਲ, ਡਾਊਨ ਟਾਊਨ 'ਚ ਸਟਰੀਟ ਤੇ, 21st ਸਟਰੀਟ ਤੇ। ਹਾਂਜੀ, ਮੈਂ ਦੇਖ ਰਿਹਾ ਬੜੀ ਵਧੀਆ ਰੌਣਕ ਆ। ਹਾਂਜੀ, ਬਾਹਰੋਂ ਦੂਰੋਂ ਦੂਰੋਂ ਲੋਕੀ ਖਾਣਾ ਖਾਣ ਆਉਂਦੇ। ਬਹੁਤ ਦੂਰੋਂ ਜੀ। ਹਾਂਜੀ, ਖਾਸੀਅਤ ਹੈ ਇੱਥੇ? ਇੱਥੇ ਜੀ ਪਹਿਲੇ ਸਾਡਾ ਖਾਣਾ ਬਿਲਕੁਲ ਅਥੈਂਟਿਕ ਹੈ ਜੀ, ਐਂਡ ਬੇਸਿਕਲੀ ਸਾਰੀਆਂ ਚੀਜ਼ਾਂ ਅਥੈਂਟਿਕ, ਮਤਲਬ ਅਥੈਂਟਿਕ ਨਹੀਂ। ਇੱਕ ਉਹ ਹੁੰਦਾ ਸਿੰਥੈਟਿਕ, ਨਹੀਂ ਇਹ ਸਿੰਥੈਟਿਕ ਨਹੀਂ, ਇਹ ਕੱਪੜੇ ਦੀ ਦੁਕਾਨ ਨਹੀਂ ਹੈ, ਇਹ ਖਾਣਾ ਹੈ ਜੀ। ਹਾਂ, ਠੀਕ ਹੈ। ਅਥੈਂਟਿਕ ਹੈ ਜੀ, ਸਿੰਥੈਟਿਕ ਮੀਨਸ ਵਧੀਆ ਵਧੀਆ, ਬਹੁਤ ਵਧੀਆ ਖਾਣਾ ਜੀ। ਜਿੱਦਾਂ ਇੰਡੀਆ 'ਚ ਬਣਦਾ ਬਿਲਕੁਲ ਸਾਣਾ ਖਾਣਾ, ਇੱਥੇ ਉਦਾਂ ਸੇਮ ਹੀ ਬਣਦਾ ਜੀ। ਠੀਕ ਹੈ। ਸਾਡੀ ਸਪੈਸ਼ਲਿਟੀਜ਼ ਹੈਗੀਆਂ ਜਿੱਦਾਂ ਚਿਕਨ ਟਿੱਕਾ ਮਸਾਲਾ, ਲੈਂਬ ਦੀਆਂ ਡਿਸ਼ਾਂ, ਲਾਲ ਮਾਸ, ਤੰਦੂਰੀ ਚਿਕਨ, ਸਾਰਾ ਕੁਝ ਜੋ ਮੈਨਿਊ ਤੁਸੀਂ ਦੇਖ ਰਹੇ ਹੋ ਬਹੁਤ ਚੰਗੇ ਤਰੀਕੇ ਪ੍ਰਿਪੇਅਰ ਹੁੰਦਾ। ਮੈਂ ਮੜਿਆ ਉਧਰ, ਬੰਦਾ ਕੋਈ ਹੈ ਨਹੀਂ ਉਧਰ, ਮੈਂ ਗੇੜਾ ਮਾਰਨ ਬਸ ਸਾਰੇ ਟਾਈਮ ਹੋਇਆ ਨਹੀਂ, ਆਓ ਤੁਹਾਨੂੰ ਪੈਗ ਲਵਾ ਦਈਏ। ਨਹੀਂ ਨਹੀਂ, ਪੈਗ ਨਹੀਂ ਮੈਂ ਲਾਉਂਦਾ, ਮੈਂ ਅਸਲ 'ਚ ਮੇਰਾ ਬੌਸ ਲਾਉਂਦਾ ਜਨਾਬ। ਓ ਅੱਛਾ ਜੀ, ਠੀਕ ਹੈ ਜੀ। ਉਹ ਪੈਗ ਲਾਉਂਦੇ, ਚਲੋ ਕੋਈ ਨਹੀਂ, ਮੈਂ ਦੇਖਦਾ ਤੁਸੀਂ ਕਰੋ ਆਪਣਾ ਕੰਮ। ਡੋਟ ਵਰੀ, ਆਈ ਵਿਲ ਪੇ, ਆਈ ਵਿਲ ਗੋ ਐਂਡ ਆਈ ਵਿਲ ਪੇ, ਡੋਟ ਵਰੀ। ਲਓ ਜੀ ਇੱਧਰ ਦੇਖਦੇ ਕੀ ਨਜ਼ਾਰਾ। ਵਰਜਿਨ ਹੈ, ਇਸਮੇ ਅਲਕੋਹਲ ਨਹੀਂ ਹੈ। ਵਿਦਆਊਟ ਅਲਕੋਹਲ, ਅਲਕੋਹਲ ਹੋਤਾ ਤੋ ਵੋਡਕਾ ਐਂਡ ਵਾਟਰਮੈਲਨ ਲਿਖੋਰ ਐਂਡ shaken up in a glass with lime juice. ye ye kyu daal rakha apne kanno ka la kaan mein? ye yahan ka fashion hai. fashion hai ye, to ladki nahi dalti hai. 21st street ka fashion hai. acha, 21st street ka fashion hai, chalo theek hai. maine pagdi pehen rakhi hai. to kaun kaun si daru hai yahan pe? yahan sare vodka hai, gin hai, rum hai, pura full bar hai, sari hai. ha, to free mein kaun sa hai? free mein yahan kya milta hai? free mein kaun sa hai wo batao na. free mein? ਫ੍ਰੀ ਮੈਂ ਵੀ ਕੁਛ ਵੀ ਨਹੀਂ ਮਿਲਤਾ ਯਹਾਂ ਪਰ। ਯਾਰ ਐਸੇ ਮਤ ਬੋਲਨਾ, ਚਲੋ ਨੇਕੀ ਜੀ ਸੇ ਬਾਤ ਕਰਤੇ ਹੈਂ। ਕਸਟਮਰ ਲੋਗ ਕਭੀ ਕਭੀ ਫ੍ਰੀ ਮੈਂ ਡਾਲ ਦਿੱਤੇ ਹੈ। ਹਮ ਕਸਟਮਰ ਨਹੀਂ ਹੈ, ਹਮ ਡਾਲ ਦੋ। ਚਲੋ ਖੈਰ, ਮਿਲਤੇ ਹੈਂ ਦੁਬਾਰਾ ਆਪਕੋ, ਐਸੀ ਬਾਤ ਨਹੀਂ, ਠੀਕ ਹੈ। ਬੱਲੇ 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 ਵੀ ਬਾਜਾ ਬਾਜਾ ਕਰਾਈ ਵੀ ਬੰਬੇ ਬਾਰ ਐਂਡ ਗ੍ਰਿਲ ਤੇ ਰੌਣਕ ਬੜੀ ਆ। ਔਰ
ਗੋਰੇ ਹੀ ਨੇ ਜ਼ਿਆਦਾ ਮੈਨੂੰ ਲੱਗਦਾ। ਹੈਲੋ ਹੈਲੋ ਹਾਏ ਹਾਏ ਆਈ ਐਮ ਗੁੱਡ ਹਾਊ ਆਰ ਯੂ ਆਈ ਐਮ ਵੈਰੀ ਗੁੱਡ ਐਂਡ ਵਾਟ ਆਰ ਯੂਰ ਨੇਮ ਸ਼ੈਨਨ ਕੈਨਮ ਯੂ ਫਿਨਿਸ਼ ਫੂਡ ਯਾ ਯੂ ਪੇ ਬਿਲ ਯਾ I can pay for you if you don't know pay. It's okay. It's paid, yeah. And how is the food here? Amazing. What do you like here in this restaurant? We got the vegetable platter that's mm-hmm. gone, the chicken tikka masala, mm-hmm. and the kebab, the tikka kebab. If I eat here, can you pay for me? No. Oh, thank you. Thank you. Sir, what is your name? Jim. 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 Yeah, very Jim. Nice name. Oh, thank and you. Can you wear this goggle? You are looking very smart. Can you wear this? You want me to put them on? This one? Like you? Yeah. There you go. Future's so bright. I gotta wear shit. Very nice. Turn the face this side. There you right. go. Very nice. Looking hero. Hollywood hero. Thank you. Hollywood hero. Hollywood hero. I spent some time. Okay. Yeah, you are some time. Yeah, thank you. Excuse me. Can I bother you for 1 minute only? Absolutely. Your name, please? Melanie. How is food? What do you like here? It's delicious. I like the vegetable samosas and the chicken tikka masala. Okay. From which country you are here? Country is America? Yeah. Oh, nice, nice. Sir, this is Coke or something else? What's that? This is Coke. Coke? So, yes, soda. It's Coke. Soda. It's Coke mixed with grapes. Oh, only? Nothing? No, it's little bit. Totally. It's totally. Totally okay. Okay. She's nice. Driving. Okay. Enjoy food, please. Enjoy. No, thank you. Okay. Hello, sir. Hello. Sir, what is your name? Tony. Tony? Yes. Nice name. And this is a bar and grill. Right. You're taking something from bar or not? No. I am. She no, is. You take. Mm-hmm. And what do you like here? The chicken vindaloo and the chicken korma. Oh. Yes. Yes. Ma'am, what is your name? April. Oh, very nice. Very nice. From which country you are? Yes. Here in America? I am. Mm-hmm. Yeah. Mm-hmm. Your hairstyle is very nice. Thank I like you. It. I appreciate that. Oh, yeah. Very nice. Very nice. So, I want a hairstyle like you. Yeah. How long is your hair? But, no, not long. No? This is a problem. My hair are not okay. long. Okay. So. Okay. Thank you. Enjoy the food. Thank you very much. Uh-huh. Sir, what is your name? Sir, my name is Tim. Ten. Thank you. Yes, sir. Yeah, you are boss. Big boss. Big boss. I guess so. I'll get the check then. Okay. Huh? Thank you. Thank you. Your name, please? Helen. Helen. Yes. Yeah, nice, Helen. Nice. You work in movies? No. No. You are looking like movie no, actress. No, 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 definitely not. Thank you very much. Thank you. Yeah, enjoy. Yeah. Enjoy. ਹੈਲੋ ਜੀ ਹਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਸ਼ੈਫ ਹੋ ਜੀ ਹਾਂਜੀ ਅਸੀਂ ਇੱਥੇ ਮੈਨੂੰ ਤਾਂ ਲੱਗਦਾ ਜਹਾਜ਼ ਚਲਾਉਂਦੇ ਆ ਕਿਤੇ ਪਾਇਲਟ ਲੱਗਦੇ ਤੁਸੀਂ ਜਹਾਜ਼ ਦੇ ਜਾਂ ਏਅਰ ਹੋਸਟਸ ਹਾਂਜੀ ਨਹੀਂ ਨਹੀਂ ਅਸੀਂ ਇੱਥੇ ਸ਼ੈਫ ਸ਼ੈਫ ਤੁਹਾਡਾ ਕੀ ਨਾਮ ਸੁਖਵੀਰ ਕੌਰ ਸੁਖਵੀਰ ਕੌਰ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸੁਖ ਦੋ ਸੁੱਖ ਇਕੱਠੇ ਹੋ ਗਏ ਸੁੱਖ ਦੁੱਖ ਕੇ ਹਮ ਸਾਥੀ ਹਾਂਜੀ ਉਹ ਗੱਲ ਹੋ ਗਈ ਅੱਛਾ ਸੁਖਵੀਰ ਜੀ ਕਿ ਇੱਥੇ ਮੈਂ ਬੰਬੇ ਬਾਰ ਐਂਡ ਗ੍ਰਿਲ ਦਾ ਬੜਾ ਵਧੀਆ ਮਾਹੌਲ ਇੱਥੇ ਬੜਾ ਬੜੀ ਸੋਹਣੀ ਰੌਣਕ ਹੈ ਸਾਰੀਆਂ ਕੰਟਰੀਆਂ ਦੇ ਲੋਕ ਖਾਣਾ ਆਉਂਦੇ ਨੇ ਹਾਂਜੀ ਇਹੋ ਜਿਹੀ ਕਿਹੜੀ ਚੀਜ਼ ਤੁਸੀਂ ਇੱਥੇ ਬਣਾਉਂਦੇ ਹੋ ਕਿ ਦੁਨੀਆ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਸਾਡੇ ਹੱਥਾਂ ਵਿੱਚ ਜਾਦੂ ਹੀ ਇੱਦਾਂ ਦਾ ਵਾ ਕਿ ਲੋਕ ਆਪੇ ਆ ਜਾਂਦੇ ਹੱਥ ਦਿਖਾਓ ਆਪਣੇ ਹੱਥ ਤਾਂ ਖਾਲੀ ਜਾਦੂ ਕਿੱਥੇ ਹੈ ਚਿਕਨ ਟਿੱਕਾ ਮਸਾਲਾ ਹੋ ਗਿਆ ਹੋਰ ਕਾਫੀ ਡਿਸ਼ਸ ਹੈ ਦੱਸ ਦਿਓ ਕੋਈ ਸੰਗੋ ਨਾ ਨਹੀਂ ਕੋਈ ਗੱਲ ਨਹੀਂ ਦੱਸ ਨਹੀਂ ਮੈਂ ਬੇਸ਼ੱਕ ਤੁਹਾਨੂੰ ਪਤਾ ਫ੍ਰਿਜ ਲੱਗ ਜਾਣੀ ਤੁਸੀਂ ਤਾਂ ਹੀ ਨਹੀਂ ਦੱਸ ਅੱਛਾ ਤੇ ਹੋਰ ਇਹਦੀ ਖਾਸੀਅਤ ਕੀ ਕਿ ਸ਼ਹਿਰ ਦੇ ਵਿੱਚ ਪੈਂਦਾ ਇੱਥੇ ਜਿਹੜੇ ਪੰਜਾਬੀ ਵੀ ਕਾਫੀ ਆਉਂਦੇ ਆ ਅਤੇ ਗੋਰੇ ਵੀ ਕਾਫੀ ਆਉਂਦੇ ਦੂਜੇ ਵੀ ਸਾਰੇ ਹਰ ਕਮਿਊਨਿਟੀ ਦੇ ਆਉਂਦੇ ਨੇ ਅਤੇ ਕਿਹੜੀ ਚੀਜ਼ ਜ਼ਿਆਦਾ ਲੋਕ ਸਪਾਈਸੀ ਪਸੰਦ ਕਰਦੇ ਜ਼ਿਆਦਾਤਰ ਜਿਹੜੇ ਆਪਣੇ ਇੰਡੀਅਨ ਲੋਕ ਆ ਉਹ ਜ਼ਿਆਦਾਤਰ ਸਪਾਈਸੀ ਫੂਡ ਲਾਈਕ ਕਰਦੇ ਆ ਬਟ ਜਿਹੜੇ ਇੱਥੋਂ ਦੇ ਲੋਕ ਆ ਉਹ ਥੋੜ੍ਹੇ ਮਾਇਲਡ ਲਾਈਕ ਕਰਦੇ ਆ ਅੱਛਾ ਉਹ ਸਪਾਈਸੀ ਨਹੀਂ ਕਰਦੇ ਹੁਣ ਤਾਂ ਲੱਗ ਪਏ ਜੀ ਗੋਰੇ ਖਾਣ ਹੁਣ ਕਹਿੰਦੇ ਮੋਰ ਚਿੱਲੀ ਕਰਦੇ ਨੇ ਹਾਂਜੀ 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 ਅਤੇ ਮੈਨੂੰ ਫਿਰ ਤੁਸੀਂ ਵਧੀਆ ਜੇ ਕਿਸੇ ਫੂਡ ਦੀ ਰੈਸਪੀ ਦੱਸ ਦਿਓ ਜੀ ਮੈਂ ਵੀ ਖੋਲ ਲੂੰ ਕਿਤੇ ਮਾੜਾ ਮੋਟਾ ਢਾਬਾ ਡੁੱਬਾ ਜ਼ਰੂਰ ਜੀ ਦੱਸ ਦਿਓ ਜੀ ਕੋਈ ਨਹੀਂ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਿਖਾ ਦਈਏ ਚਲੋ ਠੀਕ ਹੈ ਜੀ ਕੀ ਹੁਣ ਕੀ ਬਣਾ ਰਹੇ ਸੀ ਖਾਸ ਕੁਛ ਹੁਣ ਤਾਂ ਚਿਕਨ ਟਿੱਕਾ ਬਣ ਰਿਹਾ ਸੀਗਾ ਆਪਣੇ ਖਾਸ ਤੌਰ ਲੈਮ ਕਰੀ ਸੀਗੀ
ਔਰ ਬਾਕੀ ਕਾਫੀ ਡਿਸ਼ਿਸ ਹੈ ਜੋ ਬਣ ਰਹੀ ਹੈ ਅੰਦਰ ਬਣੀ ਖਾਸ ਨਹੀਂ ਬਣੀ ਅੱਛਾ ਜੀ ਤੇ ਰਾਂਝਾ ਕੰਨਾਂ ਵਿੱਚ ਮੁੰਦਰਾ ਪਵਾ ਕੇ ਰਾਂਝਾ ਜੋਗੀ ਹੋਇਆ ਨਹੀਂ ਨਹੀਂ ਜੋਗੀ ਤਾਂ ਨਹੀਂ ਹੋਇਆ ਜੀ ਅੱਛਾ ਜੋ ਜੋਗੀ ਨਹੀਂ ਹੋਇਆ ਮੁੰਦਰਾ ਪਵਾਈਆਂ ਕਿਹੜਾ ਏਰੀਆ ਉਧਰੋਂ ਆਪਣਾ ਜਲੰਧਰ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ ਹਾਂਜੀ ਜੇ ਜਨਾਬ ਨੇ ਦੇਖਿਆ ਓਹਦੇ ਮੂੰਹ ਚ ਪਾਣੀ ਆ ਕੇ ਗਲਾਸ ਭਰ ਜਾਣਾ ਲਓ ਜੀ ਕਿੰਨੇ ਤਰ੍ਹਾਂ ਦੀ ਦਾਰੂ ਰੱਖੀ ਇੱਥੇ ਮਗਨਾ ਤਕੜੇ ਠੇਕੇ ਇੰਨੀ ਦਾਰੂ ਪਈ ਇੱਥੇ ਚਲੋ ਕੋਈ ਗੱਲ ਨੀ ਦੇਖਦੇ ਆ ਜੀ ਕਿਹੜੀ ਚੰਗੀ ਆ ਚੱਕਣ ਲਵੇ ਪੈਗ ਮੂਹਰੇ ਕੀ ਨਾਮ ਕੀ ਆ ਹਰਮਨ ਹਰਮਨ ਹਾਂਜੀ ਤੁਹਾਡਾ ਕੀ ਨਾਮ ਰਾਜਦੀਪ ਮਾਨ ਹਾਂਜੀ ਰਾਜਦੀਪ ਰਾਜਦੀਪ ਜੀ ਹੇਅਰ ਸਟਾਈਲ ਕਿੱਥੇ ਬਣਾਉਣਾ ਤੁਸੀਂ ਕੋਸ਼ਿਸ਼ ਕਰੀ ਸੀ ਨਾ ਦੇਣ ਦੀ ਪਰ ਤੁਹਾਨੂੰ ਪਤਾ ਲੈ ਤਾਂ ਲੈਂਦੇ ਕਿੰਨੇ ਤੇ ਵੱਧ ਵੱਧ ਇਦਾਂ ਦੇ ਜ਼ਰੂਰ ਦੱਸੀ ਮੈਂ ਕਿਹੜਾ ਉਹਨੇ ਲੈਣੇ ਮੈਂ ਤਾਂ ਉਦੋਂ ਵੱਧ ਹੀ ਲੈਣੇ ਆ ਹਾਂਜੀ ਕਿੱਦਾਂ ਬਸ ਵਧੀਆ ਜੀ ਅੱਛਾ ਕਿਹੜੀ ਲਾ ਰਹੇ ਫਿਰ ਹਾਂਜੀ ਕਰਾਉਣ ਲਾ ਰਹੇ ਜੀ ਕਰਾਉਣ ਦਾ ਪੈਗ ਤੇ ਮੁਰਗੇ ਦੀ ਲੈ ਗਏ ਹੈ ਬਸ ਪੰਜਾਬੀਆਂ ਦੀ ਪਹਿਲੀ ਪਛਾਣ ਦਾ ਕੈਨੇਡਾ ਚ ਬਹਿ ਜਾ ਬਹਿ ਜਾ ਜੀ ਠੀਕ ਹੈ ਹੋਰ ਨਾਮ ਦੱਸ ਦਿਓ ਸਰਬਜੀਤ ਸਿੰਘ ਅੱਛਾ ਜੀ ਸਰਬਜੀਤ ਸਿੰਘ ਇਹ ਫੋਨ ਪਤਾ ਨਹੀਂ ਕੌਣ ਭੁੱਲ ਗਿਆ ਇੱਥੇ ਕਿਹਦਾ ਫੋਨ ਹੈ ਪਤਾ ਨਹੀਂ ਕਿਹਦਾ ਫੋਨ ਚਲੋ ਆਹ ਤੁਹਾਡਾ ਦੇਖੋ ਜੀ ਜਿਹੜਾ ਕੋਈ ਵਾਲੀ ਵਾਰਸ ਨਹੀਂ ਉਹਦੀ ਪੁਲਿਸ ਵਾਲੀ ਵਾਰਸ ਆ ਥੈਂਕ ਯੂ ਵੈਰੀ ਮੱਚ ਇਹ ਦੇਖੋ ਇਹਨਾਂ ਨੇ ਤੁਹਾਡੇ ਸਾਹਮਣੇ ਮੈਨੂੰ ਗਿਫਟ ਕੀਤਾ ਨਾ ਫੋਨ ਥੈਂਕ ਯੂ ਵੈਰੀ ਮੱਚ ਕੀ ਨਾਮ ਬਾਈ ਐਰੀ 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 ਐ ਹਾਏ ਬੜੇ ਪਿਆਰ ਨਾਲ ਦੱਸਦਾ ਮੁੰਡਾ ਕੀ ਕਰਦਾ ਸਟੱਡੀ ਕਰਨ ਹਾਂਜੀ ਅਤੇ ਬੈਠਾ ਬਾਹਰ 'ਚ ਸਟੱਡੀ ਵਾਲਾ ਬਾਹਰ 'ਚ ਬੈਠ ਤਾਂ ਸਕਦਾ ਪਰ ਪੈਗ ਤਾਂ ਨਹੀਂ ਇਹ ਪੈਗ ਆ ਕੀ ਹੈ ਇਹ ਤਾਂ ਪਾਓ ਆਇਆ ਨਾ ਜਿਹੜਾ ਹੁੰਦਾ ਕੀ ਹੁੰਦਾ ਜੂਸ ਠੀਕ ਹੈ ਜੂਸ ਲਾ ਲਾ ਕੋਈ ਗੱਲ ਨਹੀਂ ਠੀਕ ਹੈ ਜੇ ਕੋਈ ਜ਼ੋਰ ਪਾਵੇ ਨਾ ਪੈਗ ਨੂੰ ਤਾਂ ਮੈਨੂੰ ਦੱਸ ਦੀ ਮੈਂ ਲੈ ਲੂੰਗਾ ਉਹ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਨਵਿੰਦਰ ਹੈ ਜੀ ਹਾਂਜੀ ਨਵਿੰਦਰ ਨਵਿੰਦਰ ਜੀ ਕਿਹੜਾ ਏਰੀਆ ਪੰਜਾਬ ਤੋਂ ਜਲੰਧਰ ਜਲੰਧਰ ਖਾਸ ਹਾਂਜੀ ਤੇ ਇੱਥੇ ਕਿਵੇਂ ਬਾਰ ਐਂਡ ਗ੍ਰਿਲ ਵਧੀਆ ਇਹ ਮੇਰਾ ਬ੍ਰਦਰ ਹੈ ਨਿੱਕ ਵੀਰ ਹੈ ਦੋਨੇ ਨਿੱਕੀ ਜੀ ਹਾਂਜੀ ਹਾਂ ਦੋਨੇ ਰਲ ਕੇ ਆਉਣ ਕਰਦੇ ਅੱਛਾ ਜੀ ਹਾਂਜੀ ਹਾਂ ਤੇ ਕਿੰਨੀ ਦੇਰ ਹੋ ਗਈ ਇਹਨੂੰ ਇਹਨੂੰ 10 ਸਾਲ ਹੋ ਗਏ ਹਾਂ ਨਹੀਂ ਬੜਾ ਵਧੀਆ ਇੱਥੇ ਨਜ਼ਾਰਾ ਬੜਾ ਵਧੀਆ ਵੱਜਿਆ ਪਿਆ ਤੇ ਚਲੋ ਬੜਾ ਵਧੀਆ ਜੀ ਚਲੋ ਫਿਰ ਬਾਕੀ ਚਾਹ ਪਾਣੀ ਬਲਵੀਰ ਜੀ ਕਿੱਦਾਂ ਇੱਥੇ ਖਾਣਾ ਵਗੈਰਾ ਕਿਹੜਾ ਪਸੰਦ ਆ ਤੁਹਾਨੂੰ ਬਲਿਹਾਰ ਸਿੰਘ ਜੀ ਕਿੱਦਾਂ ਤੁਸੀਂ ਗਲਾਸੀ ਦੂਰ ਕੀਤੀ ਹੋਈ ਹੈ ਕੀ ਚੱਕਰ ਗਲਾਸੀ ਤੋਂ ਦੂਰ ਹੀ ਦੂਰ ਠੀਕ ਹੈ ਨੇੜੇ ਤਾਂ ਆਪੇ ਆ ਜਾਂਦੀ ਦੂਰ ਕਰਨੀ ਔਖੀ ਹੈ ਚਲੋ ਠੀਕ ਹੈ ਜੀ ਕਰੋ ਇੰਜੋਏ ਕੋਈ ਗੱਲ ਨੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਵਾਹ ਜੀ ਵਾਹ ਇੱਧਰ ਪੰਜਾਬੀ ਮਾਹੌਲ ਹੈ ਜੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਕੀ ਨਾਮ ਜੀ ਤੁਹਾਡਾ ਸੁਖਰਾਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਸਤਵਿੰਦਰ ਅੱਛਾ ਜੀ ਇਹ ਸੂਟ ਇੱਕੋ ਜਿਹੇ ਸਵਾਏ ਜਾਂ ਵੈਸੇ ਤਾਂ ਕਹਿੰਦੇ ਲੇਡੀਜ਼ ਇੱਕੋ ਜਿਹੇ ਸੂਟ ਪਾਉਂਦੀਆਂ ਨਹੀਂ ਅਸੀਂ ਭੈਣਾਂ ਆ ਨਾ ਮਾਸੀ ਜੀ ਦੀਆਂ ਬੇਟੀਆਂ ਤਾਂ ਅਸੀਂ ਇੱਕੋ ਜਿਹੇ ਪਾਈਦੇ ਆ ਅੱਛਾ ਅੱਛਾ ਦੋਹਾਂ ਚੋਂ ਮਹਿੰਗਾ ਕਿਹਦਾ ਸੂਟ ਹੈ ਜੀ ਤੁਹਾਡੇ ਇਹ ਹੁਣ ਕੰਮ ਇਹ ਸਵਾਲ ਔਖਾ ਨਾ ਜੀ ਜੇ ਮੈਂ ਦੱਸਦਾ ਤਿੰਨ ਸੌ ਜਾਂ ਤਿੰਨ ਸੌ ਤੋਂ ਉੱਪਰ
ਚੰਗੀ ਗੱਲ ਮਾੜੀ ਗੱਲ ਹੈ ਜੀ, ਥੋੜਾ ਸੋਚੋ, ਸਮਝਾਓ ਸਾਰਿਆਂ ਲੇਡੀਜ਼ ਨੂੰ। ਥੈਂਕ ਯੂ ਜੀ ਤੁਹਾਡਾ ਭੈਣ ਜੀ, ਥੈਂਕ ਯੂ, ਓਕੇ ਜੀ। ਚਲੋ ਕੋਈ ਨੀ, ਫਿਰ ਦੇਖਦੇ ਕੋਈ ਨਾ ਕੋਈ ਹੋਇਆ ਤੇ ਫਿਰ ਆ ਕੇ ਬੈਠਾਂਗੇ। ਹੈਲੋ 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 ਹੈਲੋ, ਵਾਹ ਜੀ ਵਾਹ ਨੇਕੀ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਮੈਂ ਬਹਿਜਾ ਬਹਿਜਾ ਹੋ ਗਈ ਜੀ, ਪੂਰਾ ਰੈਸਟੋਰੈਂਟ ਘੁੰਮਿਆ। ਅੱਛਾ ਜੀ, ਨਜ਼ਾਰੇ ਆ ਗਏ। ਹੈਗਾ ਜੀ। ਮੈਂ ਕਹਿੰਦਾ ਜੀ ਵੈਸੇ ਆਮ ਤੌਰ 'ਤੇ ਜਿਹੜੇ ਆਪਾਂ ਰੈਸਟੋਰੈਂਟ ਖੋਲ੍ਹਦੇ ਹਾਂ, ਹਾਂਜੀ, ਅਤੇ ਉਹ ਸੋਚੀਦਾ ਵੀ ਜਿੱਥੇ ਪੰਜਾਬੀ ਜ਼ਿਆਦਾ ਹੁੰਦੇ ਆ ਉੱਧਰ ਵੀ ਪੰਜਾਬੀ ਕਮਿਊਨਿਟੀ, ਇੱਥੇ ਮੈਂ ਦੇਖਿਆ ਡਾਊਨ ਟਾਊਨ ਦੇ ਵਿੱਚ ਤਾਂ ਇੱਥੇ ਤਾਂ ਗੋਰੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ, ਇੱਥੇ ਰੈਸਟੋਰੈਂਟ ਦਾ ਤੁਹਾਡਾ ਕਿਵੇਂ ਬਣਿਆ ਆਈਡੀਆ? ਇਹ ਡਾਊਨਟਾਊਨ ਨੇ ਪਹਿਲਾਂ ਸੈਕਰਾਮੈਂਟੋ ਦਾ ਕੈਪੀਟਲ ਸਿਟੀ ਆ। ਅੱਛਾ ਜੀ। ਗੋਰੇ ਸਾਰੇ ਆਉਂਦੇ ਇੱਥੇ, ਸਾਰੇ ਮੋਸਟਲੀ ਗੋਰੇ ਕਸਟਮਰ ਹੀ ਸਾਰੇ। ਅੱਛਾ ਜੀ। ਆਪਣੇ ਇੰਡੀਅਨ ਵੀ ਹੈਗੇ ਥੋੜ੍ਹੇ। ਅੱਛਾ, ਅਤੇ ਕਿੰਨੀ ਦੇਰ ਹੋ ਗਈ ਇਹਨੂੰ? ਕਾਫੀ 10 ਸਾਲ ਹੋ ਗਏ ਮੇਰੇ ਖਿਆਲ। 10 ਸਾਲ ਹੋ ਗਏ। 10 ਸਾਲ ਬਾਅਦ ਜੀ, ਮਤਲਬ ਫਿਰ ਇੱਥੇ ਇਹ ਹੋਰ ਵੀ ਕੋਈ ਰੈਸਟੋਰੈਂਟ ਕਿ ਇਹੀ ਆਪਣਾ? ਆਪਣਾ ਕੋਲ ਇੱਥੇ ਇਹੀ ਆ, ਦੋ ਆਪਣਾ ਕੋਲ ਇੱਕ ਡੇਵਿਸ ਰੈਸਟੋਰੈਂਟ। ਡੇਵਿਸ? ਹਾਂਜੀ ਹਾਂਜੀ। ਵੈਰੀ ਗੁੱਡ, ਵਾਹ ਜੀ ਵਾਹ। ਚਲੋ ਜੀ, ਮਿਲ ਗਏ ਨੇਕੀ ਭਾਅ ਜੀ, ਵੈਸੇ ਦਰਸ਼ਨ ਇਹਨਾਂ ਦੇ ਹੁੰਦੇ ਰਹਿੰਦੇ ਆ। ਅੱਛਾ, ਨੇਕੀ ਭਾਅ ਜੀ ਕਿੰਨੀ ਦੇਰ ਹੋ ਗਈ ਆਪਾਂ ਨੂੰ ਇੱਥੇ ਬਾਹਰਲੇ ਮੁਲਕ ਆਇਆ ਨੂੰ? ਮੈਨੂੰ ਬਾਹਰ ਆਏ ਨੂੰ ਹੋ ਗਿਆ 35 ਸਾਲ ਹੋ ਗਿਆ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਅਤੇ ਫਿਰ ਇਸੇ ਬਿਜ਼ਨਸ ਹੀ ਉਹ ਰੈਸਟੋਰੈਂਟ ਪਹਿਲਾਂ ਹੋਰ? ਹਾਂਜੀ, 35 ਸਾਲ ਤੋਂ ਇਹੀ ਫੀਲਡ ਜੀ। ਵਾਹ ਜੀ, ਨਾਲੇ ਕਹਿੰਦੇ ਜੀ ਪਹਿਲਾਂ ਟਰੱਕ ਟਰੁੱਕ ਵਾਲੇ ਪਾਸੇ ਬੰਦਾ ਜਾਂਦਾ, ਪਰ ਤੁਸੀਂ ਇੱਧਰ ਹੀ ਹੈ? ਨਹੀਂ, ਡਾਇਰੈਕਟ ਇੱਧਰ ਹੀ ਆਏ ਆ। ਵਾਹ ਜੀ, ਨਹੀਂ ਚਲੋ, ਚੰਗੀ ਗੱਲ ਹੈ, ਚੰਗੀ ਗੱਲ ਹੈ। ਅਤੇ ਇਸ ਬੋਂਬੇ ਬਾਰ ਐਂਡ ਗ੍ਰਿਲ ਦੀ ਗੱਲ ਕਰੀਏ। ਹਾਂਜੀ ਹਾਂਜੀ। ਨਾਮ ਹੈਗਾ ਬੋਂਬੇ। ਹਾਂਜੀ, ਠੀਕ ਹੈ ਜੀ। ਬੋਂਬੇ ਨਾਮ ਪਹਿਲਾਂ ਸੀ ਕਿ ਤੁਸੀਂ ਰੱਖਿਆ? ਅਸੀਂ ਰੱਖਿਆ, ਆਪ ਹੀ ਖੋਲ੍ਹਿਆ, ਆਪ ਹੀ ਰੱਖਿਆ। ਅਤੇ ਬੋਂਬੇ ਦਾ ਮਤਲਬ ਕਿਉਂ ਰੱਖਿਆ ਬਈ? ਬੰਬੇ ਮਤਲਬ ਇੰਡੀਆ 'ਚ ਚੜ੍ਹੇ ਸੀ, ਬੰਬੇ 'ਚ ਚੜ੍ਹੇ ਸੀ, ਬੰਬੇ ਰੱਖਦਾ ਇੱਥੇ ਆ ਕੇ। ਅੱਛਾ, ਜੋ ਬਾਹਰ ਆਏ ਸੀ ਬੰਬੇ ਤੋਂ ਚੜ੍ਹੇ ਸੀ? ਹਾਂਜੀ, ਉਹ ਬੰਬੇ ਰੱਖ, ਬੰਬੇ ਰੱਖਿਆ, ਬੰਬੇ ਬਾਹਰ ਐਂਡ ਗ੍ਰਿਲ। ਮੈਂ ਕਹਿੰਦਾ ਬਹਿ ਜਾ ਬਹਿ ਜਾ ਜੀ, ਔਰ ਗੋਰੇ ਵੀ ਬੰਬੇ ਬੰਬੇ ਕਰਕੇ ਫਿਰਦੇ ਆ ਜੀ। ਹਾਂਜੀ ਹਾਂਜੀ। ਅਤੇ ਇਹ ਇੱਥੇ ਫਿਰ ਕੋਈ ਖਾਸ ਸਪੈਸ਼ਲਿਸਟ ਵੀ ਰੱਖੀ ਹੈ? ਅਤੇ ਬਾਰ ਵਗੈਰਾ ਦੀ ਪਰਮਿਸ਼ਨ ਲੈਣ ਲਈ ਕੋਈ ਖਾਸ ਕਰਨਾ ਪੈਂਦਾ? ਇਹਦੇ ਖਾਸ ਕਰਨਾ ਪੈਂਦਾ, ਪਰਮਿਟ ਲੈਣਾ ਪੈਂਦਾ। ਅੱਛਾ ਜੀ। ਮੁੱਲ ਬਾਏ ਕਰਨਾ ਪੈਂਦਾ ਇੱਥੇ। ਅਤੇ ਕੋਈ ਖਾਸ ਸਪੈਸ਼ਲਿਸਟ ਵੀ ਰੱਖੀ ਹੈ ਜਿਹੜਾ ਕਰਕੇ ਦੁਨੀਆ ਇੱਥੇ ਆਉਂਦੀ ਕਿ ਆਮ ਰੂਟੀਨ ਦਾ ਸਾਰਾ ਫੂਡ ਹੀ ਵਧੀਆ ਤਾਂ ਆਉਂਦੀ ਹੈ? ਸਾਰਾ ਫੂਡ ਹੀ ਵਧੀਆ ਆ, ਅਸੀਂ ਆਪਣੇ ਔਰਗੈਨਿਕ ਫੂਡ ਕਹਿੰਦੇ ਆ, ਉਹ ਚਿਕਨ ਔਰਗੈਨਿਕ ਵਰਤਦੇ ਆ। ਅੱਛਾ ਜੀ। ਹਾਂਜੀ, ਵਧੀਆ ਫੂਡ ਵਰਤਦੇ, ਸਾਰੇ ਕੁਆਲਿਟੀ ਦਾ। ਅੱਛਾ ਜੀ। ਚਿਕਨ ਮਤਲਬ ਜਿਹੜਾ ਚਿਕਨ ਵੀ ਬਣਾਉਂਦੇ ਉਹ ਵੀ ਮਾੜੀ ਚੀਜ਼ ਨਹੀਂ ਖਾਂਦਾ? ਔਰਗੈਨਿਕ ਖਾਂਦਾ, ਔਰਗੈਨਿਕ ਚਿਕਨ ਵਰਤਦਾ। ਇੱਥੇ ਫ੍ਰੀ ਰੇਂਜ ਕਹਿੰਦੇ ਆ, ਉਹ ਖਾਂਦੇ ਆ, ਉਹ ਵਧੀਆ। ਠੀਕ ਹੈ, ਗੋਰੇ ਉਹੀ ਮੰਗਦੇ ਆ, ਉਹ ਵਧੀਆ। ਅਤੇ ਕੁਆਲਿਟੀ ਫੂਡ ਆ ਸਾਰਾ। ਵਾਹ ਜੀ ਵਾਹ, ਮੈਂ ਕਹਿੰਦਾ ਪੂਰਾ ਨਜ਼ਾਰਾ ਪਤਾ ਲੱਗਦਾ ਜੀ ਕਿਵੇਂ। ਕਹਿੰਦੇ ਪਿੰਡ ਦਾ ਬਾਹਰ, ਪਿੰਡ ਫੈਰਨੀ ਤੋਂ ਪਤਾ ਲੱਗ ਜਾਂਦਾ, ਬਾਹਰ ਬਾਹਰੋਂ ਵੀ ਜਦੋਂ ਅੰਦਰ ਬਣੇ ਉਦੋਂ ਹੀ ਲੋਕ ਆਉਂਦੇ ਜਾਂਦੇ, ਲਾਉਂਦੇ ਜਾਂਦੇ ਲੋਕ, ਪਤਾ ਲੱਗਦਾ ਵੀ ਰੌਣਕ ਚੰਗੀ ਆ ਅੰਦਰ। ਅਤੇ ਆਪਾਂ ਜੇ ਗੱਲ ਕਰੀਏ ਆਪਣਾ ਨੇਕੀ ਭਾਅ ਜੀ, ਤਾਂ ਉੱਧਰ ਪੰਜਾਬ ਤੋਂ ਫਿਰ ਕਿਹੜਾ ਏਰੀਆ? ਪੰਜਾਬ ਤੋਂ ਜਲੰਧਰ ਤੋਂ ਆ, ਪਿੰਡ ਸੁਹਾਣਾ ਸਾਡਾ, ਛੋਣੀ ਕੋਲ। ਸੁਹਾਣਾ? ਸੁਹਾਣਾ, ਸੁਹਾਣਾ, ਛੋਣੀ, ਸੁਹਾਣਾ, ਛੋਣੀ ਕੋਲ, ਛੋਣੀ ਕੋਲੇ ਪੈਂਦਾ। ਹਾਂਜੀ ਹਾਂਜੀ। ਅਤੇ ਫਿਰ ਜਾਂਦੇ ਰਹਿੰਦੇ ਪਿੰਡ? ਹਾਂ, ਪਿੰਡ ਵੀ ਜਾਂਦੇ ਰਹਿੰਦੇ ਆ। ਅਤੇ ਉੱਥੇ ਵੀ ਆਪਣੇ ਕੋਲ ਹੋਟਲ ਹੈਗਾ। ਅੱਛਾ ਜੀ। ਵਿੱਚ ਉਹਦੇ ਰੈਸਟੋਰੈਂਟ ਵੀ ਹੈਗਾ। ਚਲੋ ਬੜੀ ਵਧੀਆ ਗੱਲ ਹੈ ਜੀ, ਬਹੁਤ ਵਧੀਆ। ਤੇ ਇੱਥੇ ਹੁਣ ਸੈਕਰਾਮੈਂਟੋ ਦੇ ਵਿੱਚ ਫਿਰ ਪੱਕੇ ਡੇਰੇ ਲਾ ਲਏ ਹਾਂ ਜੀ? ਇੱਥੇ ਤਾਂ ਪੱਕੇ ਹੀ ਆ। ਰਾਜਧਾਨੀ? ਰਾਜਧਾਨੀ ਕੋਲ ਹੀ ਆ, ਪੈਂਦੀ ਹੈ ਜੀ ਕੈਪੀਟਲ। ਕੈਪੀਟਲ ਬਿਲਕੁਲ ਨੇੜੇ ਪੈਂਦੀ। ਮੈਂ ਜਾ ਕੇ ਆਇਆ ਜੀ ਪਹਿਲਾਂ, ਉੱਥੇ ਮੇਰੀ ਮੀਟਿੰਗ ਵੀ ਸੀਗੀਆਂ ਦੋ, ਅਤੇ ਫਿਰ ਮੈਂ ਇੱਧਰ ਨੂੰ ਆ ਗਿਆ। ਅਤੇ ਚਲੋ ਆਪਾਂ ਮਾੜਾ ਜਿਹਾ ਦੇਖੀਏ ਉੱਧਰ, ਥੋੜ੍ਹਾ ਜਿਹਾ ਵੈਸੇ ਚਲੋ ਕੰਮ ਨਹੀਂ ਖਾਸ ਕੋਈ, ਉੱਦਾਂ ਹੀ ਮਤਲਬ ਉੱਧਰ ਨੂੰ ਗੇੜਾ ਕੱਢ ਲਈਏ। ਚਲੋ ਕੱਢ ਲੈਂਦੇ ਆ। ਆਹੋ, ਵੈਸੇ ਹੀ ਪੰਜਾਬ ਪੁਲਿਸ ਦਾ ਕੰਮ ਕਰੀਏ। ਆਹੋ, ਵੈਸੇ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਬੱਲੇ ਬੱਲੇ।
ਬੋਲੇ ਬੋਲੇ ਨਿੱਕੀ ਭਾਜੀ ਆਪਣਾ ਬੜਾ ਸਮਾਨ ਰੱਖਿਆ ਜੀ ਹਾਂਜੀ ਇੰਨੀ ਦਾਰੂ ਦਾ ਨਾਮ ਨੀ ਚੇਤੇ ਰਹਿੰਦੇ ਹੁਣੇ ਖਾਣ ਪੀ ਨੀ ਜਾਣਾ ਜਿਦਾ ਕੀ ਹੈ ਕਦੇ ਵੱਧ ਗਈ ਕਦੇ ਘੱਟ ਗਈ ਖਾਣ ਪੀ ਨੀ ਜਾਣਾ ਪੰਜਾਬ ਦੇ ਵਿੱਚ ਜਾਂਦੇ ਹੋ ਫਿਰ ਕਿੱਦਾਂ ਟੂਰਨਾਮੈਂਟ ਵਗੈਰਾ ਕੋਈ ਜਾਂ ਕਰਾਉਣੇ ਇੱਥੇ ਜਾਂ ਇੱਥੇ ਕਿਹੜੀ ਐਕਟੀਵਿਟੀ ਕਰਦੇ ਹੋ ਕੋਈ ਸ਼ੋਅ ਵਗੈਰਾ ਟੂਰਨਾਮੈਂਟ ਵਗੈਰਾ ਇੱਥੇ ਕਬੱਡੀ ਦਾ ਟੂਰਨਾਮੈਂਟ ਉਹ ਚ ਲਈਦਾ ਜੀ ਉਹ ਕਰਦੇ ਆ ਨਾ ਹਾਂਜੀ ਉਹ ਕਰਦੇ ਟੂਰਨਾਮੈਂਟ ਤੁਹਾਡੇ ਜਿਹੜੀ ਸੰਸਥਾ ਤੁਹਾਡੀ ਹੈਗੀ ਆ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਹਾਂਜੀ ਹਾਂਜੀ ਉਹਨਾਂ ਦੀ ਹੈ ਉਹ ਸਾਰੇ ਜਗ੍ਹਾ ਟੀਮਾਂ ਵੀ ਤੁਹਾਡੀਆਂ ਜਾਂਦੀਆਂ ਹਾਂਜੀ ਹਾਂਜੀ ਖਰਾਬ ਤਾਂ ਨੀ ਹੈਗੀ ਪਹਿਲਾਂ ਹੀ ਲੱਗੀ ਹੈ ਚੱਲ ਕੋਈ ਗੱਲ ਨਹੀਂ ਇਹ ਹੋ ਗਈ ਇੱਕ ਜਨਾਬ ਨੂੰ ਕਿਹੜੀ ਪਸੰਦ ਆ ਕਾਲੀ ਜੀ ਲੈ ਲੈਂਦੇ ਚਲੋ ਕੋਈ ਹੋਊ ਚੰਗੀ ਹੋਣੀ ਆ ਜੀ ਚੱਲੀਏ ਬਹੁਤ ਆ ਬਾਹਲਾ ਲਾਲਚ ਕੀ ਕਰਨਾ ਵੈਸੇ ਵੀ ਕਹਿੰਦੇ ਫ੍ਰੀ ਦੀ ਜਿਹੜੀ ਪੁੰਨ ਦੀ ਗਾਂ ਉਹਦੀ ਦੰਦ ਨਹੀਂ ਗਿਣੀ ਰਹੇ ਇਹ ਲਾਲਚ ਕਰਨਾ ਤਾਂ ਨਹੀਂ ਚਾਹੀਦਾ ਪਰ ਕੀ ਕਰੀਏ ਹੋ ਜਾਂਦਾ ਚਲੋ ਇਹ ਲਾਲਚ ਨਹੀਂ ਹੈ ਜੀ ਇਹ ਵੈਸੇ ਹੀ ਹੈ ਚਲੋ ਜੀ ਥੈਂਕ ਯੂ ਕਰੋ ਇੰਜੋਏ ਡੋਂਟ ਵਰੀ ਆਈ ਵਿਲ ਪੇ ਓਕੇ ਜੀ ਅਰਵਿੰਦਰ ਜੀ ਆਓ ਜਰਾ ਆ ਡੋਰ ਖੋਲੋ ਮੇਰੇ ਹੱਥ ਨੀ ਵਿਹਲੇ ਹਾਂਜੀ ਥੈਂਕ ਯੂ ਜੀ ਓਹੋ ਥੈਂਕ ਯੂ ਜੀ ਥੈਂਕ ਯੂ ਚਲੋ ਤੁਸੀਂ ਕਰੋ ਇੰਜੋਏ ਜੀ ਆਪਾਂ ਵੀ ਪੈਗ ਪੁਗ ਲਾਉਂਦੇ ਹੁਣ ਜਾ ਕੇ ਹੁਣ ਨਹੀਂ ਨਹੀਂ ਮੈਂ ਤਾਂ ਲਾਉਂਦਾ ਨਹੀਂ ਬਾਈ ਲਾਉਣਾ ਪੈਗ ਲਾਉਣਾ ਮਾੜਾ ਜਿਹਾ ਲਵਾਵਾਂ ਤੈਨੂੰ ਗੰਡਾਸਾ ਮਾਰਿਆ ਲੱਗਦਾ ਸਿੱਧਾ ਮੂੰਹ ਤੇ ਕਿਸੇ ਨੇ ਚਲੋ ਜੀ ਖੈਰ ਬਾਈ ਜੀ ਦਾ ਆ ਰਿਹਾ ਬੰਬੇ ਬਾਰ ਐਂਡ ਗ੍ਰਿਲ ਥੈਂਕ ਯੂ